ਮਿੰਟੂ ਜੀ ਆਪਾਂ ਜਰਾ ਆਈਏ ਪੰਜਾਬ ਵੱਲ ਜੀ, ਇੱਧਰਲੇ ਪਾਸੇ ਤੋਂ ਗੱਲ ਕਰੀਏ ਆਪਾਂ ਸੰਗਰੂਰ ਸੀਟ ਦੀ। ਮਿੰਟੂ ਜੀ, ਉੱਥੇ ਸੁਖਪਾਲ ਸਿੰਘ ਖਹਿਰੇ ਦਾ ਵੀ ਰੋਡ ਸ਼ੋਅ ਸੀਗਾ ਕੱਲ੍ਹ, ਅਤੇ ਇੱਧਰਲੇ ਪਾਸੇ ਤੋਂ ਬਲਵਿੰਦਰ ਸਿੰਘ ਸੇਖੋਂ ਦਾ ਜੀ, ਇਹਨਾਂ ਦੇ ਸਮਰਥਕਾਂ ਦੇ ਵਿਚਾਲੇ ਮਿੰਟੂ ਜੀ ਖਾਸਾ ਖੜਕਾ ਦੜਕਾ ਹੋ ਗਿਆ ਜੀ। ਕਹਿੰਦੇ ਕਿ ਪੁਲਿਸ ਨੂੰ ਵੀ ਉੱਥੇ ਭੱਜਣਾ ਪੈ ਗਿਆ। ਪਹਿਲਾਂ ਵੈਸੇ ਖਹਿਰਾ ਸਾਹਿਬ ਦਾ ਪ੍ਰੋਗਰਾਮ ਸੀਗਾ, ਉਸ ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਚਲੋ ਲੇਟ ਹੋ ਗਿਆ, ਉਸ ਤੋਂ ਬਾਅਦ ਸੀਗਾ ਜੀ ਪ੍ਰੋਗਰਾਮ ਬਲਵਿੰਦਰ ਸਿੰਘ ਸੇਖੋਂ ਦਾ ਜੀ, ਉਹਨਾਂ ਦਾ ਵਿਚਾਲੇ ਕਾਫਲਾ ਆ ਗਿਆ। ਉਸ ਦਰਮਿਆਨ ਉਹਨਾਂ ਨੇ ਕੁਛ ਬੋਲਿਆ, ਉਸ ਤੋਂ ਬਾਅਦ ਕੰਮ ਵੀ ਭੱਗ ਗਿਆ ਮਿੰਟੂ ਜੀ ਉੱਥੇ ਤਾਂ। ਕਾਨੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਹੜੇ ਸੇਖੋਂ ਸਾਹਿਬ ਆ ਉਹ ਤੁਹਾਨੂੰ ਪਤਾ ਸੋਸ਼ਲ ਮੀਡੀਆ 'ਤੇ ਵੀ ਉਹ ਬੋਲਦੇ ਰਹਿੰਦੇ ਆ ਜੀ। ਅਸਲ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਨਾਲ ਮੈਨੂੰ ਨਹੀਂ ਪਤਾ ਇਹਨਾਂ ਦਾ ਕੋਈ ਪਰਸਨਲ ਹੈ ਕਿ ਇੱਦਾਂ ਹੀ ਰਾਜਨੀਤਿਕ ਹੈ ਜੀ, ਕੋਈ ਮਤਭੇਦ। ਤੁਹਾਨੂੰ ਯਾਦ ਹੋਣਾ ਸੁਖਪਾਲ ਸਿੰਘ ਖਹਿਰਾ ਨੇ ਪਿਛਲਾ ਇਲੈਕਸ਼ਨ ਬਠਿੰਡੇ ਤੋਂ ਲੜਿਆ ਸੀਗਾ। ਸੁਖਪਾਲ ਸਿੰਘ ਖਹਿਰਾ ਨੂੰ ਇਲੈਕਸ਼ਨ ਲੜਨ ਦੇ ਬਦਲੇ ਪੈਸੇ ਮਿਲੇ, ਇਹ ਗੱਲ ਕਿੱਥੋਂ ਚੱਲੀ ਸੀਗੀ? ਯਾਨੀ ਸੇਖੋਂ ਸਾਹਿਬ ਬੋਲ ਲੈਂਦੇ ਆ, ਉਹਨਾਂ ਚੀਜ਼ਾਂ ਨੂੰ ਥੋੜ੍ਹਾ ਪ੍ਰਮਾਣਿਤ ਕਰਨਾ ਉਹਨਾਂ ਵਾਸਤੇ ਔਖਾ ਹੁੰਦਾ ਹਮੇਸ਼ਾ ਜੀ। ਤਾਂ ਗੱਲ ਇਹ ਆ ਕਿ ਉਹ ਜਿਹੜਾ ਰੋਡ ਸ਼ੋਅ ਕੱਢਣਾ ਸੀਗਾ ਸੁਖਪਾਲ ਸਿੰਘ ਖਹਿਰਾ ਨੇ, ਉਹ ਹਾਲੇ ਸ਼ਾਮਿਲ ਨਹੀਂ ਸੀ ਹੋਏ ਇਹਦੇ ਵਿੱਚ। ਉੱਧਰੋਂ ਇਹ ਆ ਗਏ, ਇਹਨਾਂ ਦਾ ਵੀ ਆਪਣਾ ਰੋਡ ਸ਼ੋਅ ਸੀਗਾ। ਇਹਨਾਂ ਦੇ ਹੱਥ ਮਹਿਕ ਹੋਵੇ ਤਾਂ ਸੇਖੋਂ ਸਾਹਿਬ ਬਖਸ਼ਣਗੇ ਥੋੜ੍ਹੀ ਕਿਸੇ ਨੂੰ? ਮਹਿਕ ਤਾਂ ਚਲੋ ਹੁਣ ਨਾਲ ਹੀ ਰੱਖਦੇ ਆਪਣੇ ਲੀਡਰ ਸਾਰੀਆਂ ਪਾਰਟੀਆਂ। ਹਾਂਜੀ, ਇਹਨਾਂ ਨੇ ਆਲੋਚਨਾ ਕੀਤੀ, ਆਲੋਚਨਾ ਕਰਦਿਆਂ ਕਰਦਿਆਂ ਕਿਤੇ ਸੁਖਪਾਲ ਸਿੰਘ ਖਹਿਰਾ ਨੂੰ ਕਹਿ ਦਿੱਤਾ ਕਿ ਤਸਕਰ ਸੁਦਾਗਰ, ਜਿਵੇਂ ਸ਼ਬਦ ਇਸਤੇਮਾਲ ਕਰਦੇ ਹੁੰਦੇ ਆ। ਉਸ ਤੋਂ ਬਾਅਦ ਜਿਹੜੀ ਉੱਥੇ ਖਹਿਰਾ ਦੇ ਹੱਕ 'ਚ ਭੀੜ ਜੁੜੀ ਸੀਗੀ, ਉਹਨਾਂ ਦੇ ਨਾਲ ਫਿਰ ਤਲ ਕਲਾਮੀ ਹੋ ਗਈ। ਇਹਨਾਂ ਨੇ ਕੀ ਕੀਤਾ ਕਿ ਜਦੋਂ ਪੁਲਿਸ ਨੇ ਕਿਹਾ ਹੋਏਗਾ ਕਿ ਜਾਓ ਜਾਓ ਜਾਓ, ਦੱਸ ਦਿਓ ਕਿ ਆਪਦੀ ਗੱਡੀ ਦੀ ਚਾਬੀ ਕੱਢ ਕੇ ਬੋਝੇ 'ਚ ਪਾ ਲਈ, ਅਤੇ ਉਸ ਤੋਂ ਬਾਅਦ ਸਪੀਚ ਫਿਰ ਜਾਰੀ ਰੱਖਤੀ। ਅੱਛਾ ਜੀ, ਤਾਂ ਤੁਹਾਨੂੰ ਪਤਾ ਹੈ ਬੋਲਣ ਲੱਗਿਆ ਤਾਂ ਫਿਰ ਵੇਖਦੇ ਨਹੀਂ ਹੈਗਾ ਪਿਛਾ, ਅਤੇ ਪੁਲਿਸ ਨੇ ਵੇਖਿਆ ਵੀ ਇਹ ਤਾਂ ਕੰਮ ਬੜਾ ਖਰਾਬ ਹੋ ਜਾਏਗਾ। ਦੱਸਦੇ ਕਿ ਪੁਲਿਸ ਨੇ ਉਹ ਗੇਅਰ ਕੱਢ ਕੇ ਗੱਡੀ ਦੇ ਆਪ ਹੀ ਧੱਕਾ ਧੁੱਕਾ ਮਾਰ ਕੇ, ਚੱਲ ਮੇਰੇ ਯਾਰ ਧੱਕਾ ਮਾਰ, ਇੱਦਾਂ ਗੱਡੀ ਉਹਨਾਂ ਨੇ ਤੋਰੀ ਉੱਥੋਂ, ਗੱਡੀ ਕੱਢੀ ਆ। ਅੱਛਾ ਜੀ, ਇਹਨਾਂ ਨੇ ਗੱਡੀ ਨਹੀਂ ਚੋਰੀ, ਤਮਾਸ਼ਾ ਹੋਇਆ ਉੱਥੇ ਬਿਲਕੁਲ। ਪੁਲਿਸ ਨੇ ਧੱਕਾ ਲਾ ਕੇ ਦੱਸਦੇ ਕਿ ਹੁਣ ਵੀਡੀਓ ਵਾਡੀਓ ਕਿਸੇ ਕੋਲ ਪਈ ਹੋਵੇ ਤਾਂ ਪਤਾ ਨਹੀਂ ਹੈ। ਉਹ ਤਾਂ ਦੱਸਦੇ ਕਿ ਉੱਥੇ ਕਾਫੀ ਹੰਗਾਮਾ ਹੋ ਗਿਆ। ਪੁਲਿਸ ਨੂੰ ਇਹ ਸੀਗੀ ਕਿ ਵੀ ਦੋਹਾਂ ਧਿਰਾਂ ਦਾ ਕੋਈ ਕਲੈਸ਼ ਨਾ ਹੋ ਜਾਵੇ, ਕੋਈ ਟਕਰਾਓ ਨਾ ਹੋ ਜਾਵੇ, ਅਤੇ ਹੋਣਾ ਵੀ ਨਹੀਂ ਚਾਹੀਦਾ। ਅਤੇ ਦੂਜੀ ਗੱਲ ਇਹ ਆ ਕਿ ਦੇਖੋ, ਨਾ ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੀ ਰਾਜਨੀਤੀ ਨੂੰ, ਨਾ ਅਸੀਂ ਬਲਵਿੰਦਰ ਸਿੰਘ ਸੇਖੋਂ ਦੀ ਰਾਜਨੀਤੀ ਨੂੰ ਕੋਈ ਸਲਾਹ ਦੇ ਸਕਦੇ ਹਾਂ, ਨਾ ਸਪੋਰਟ ਕਰ ਸਕਦੇ ਹਾਂ। ਇਹਨਾਂ ਦੇ ਆਪੋ ਆਪਣੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਈਡੀਓਲੋਜੀ ਆ ਜਾਂ ਰਸਤਾ ਹੈ, ਇਹਨਾਂ ਨੇ ਤੁਰਨਾ ਹੈ। ਪਰ ਇੱਕ ਸਲਾਹ ਜ਼ਰੂਰ ਹੈ ਕਿ ਯਾਰ, ਜਿਸ ਵੀ ਕਿਸੇ ਮਾਮਲੇ ਦੇ ਵਿੱਚ ਕੋਈ ਵੀ ਬੰਦਾ ਜਦੋਂ ਤੱਕ ਦੋਸ਼ੀ ਕਰਾਰ ਨਹੀਂ ਦਿੱਤਾ ਜਾਂਦਾ, ਤਾਂ ਫਿਰ ਤਾਂ ਕਿਸੇ ਨੂੰ ਵੀ, ਜਦੋਂ ਅਖਬਾਰ ਆਪਣੇ ਪੱਧਰ 'ਤੇ ਅੱਤਵਾਦੀ ਲਿਖ ਦਿੰਦਾ, ਫਿਰ ਜਦੋਂ ਪੁਲਿਸ ਆਪਣੇ ਪੱਧਰ 'ਤੇ ਅੱਤਵਾਦੀ ਬਣਾ ਦਿੰਦੀ ਹੈ, ਫਿਰ ਸਾਨੂੰ ਵੀ ਮੰਨ ਲੈਣਾ ਚਾਹੀਦਾ। ਫਿਰ ਅਸੀਂ ਕਿਉਂ ਉੱਥੇ ਕਥਿਤ ਕਹਿੰਦੇ ਹਾਂ, ਜਾਂ ਫਿਰ ਅਸੀਂ ਕਿਉਂ ਸ਼ਰਮਿੰਦੇ ਹੁੰਦੇ ਹਾਂ ਜਦੋਂ ਉਸੇ ਹੀ ਬੰਦੇ ਨੂੰ ਕੋਰਟ ਰਿਹਾ ਕਰ ਦਿੰਦਾ? ਸੋ ਗੱਲ ਇਹ ਆ ਕਿ ਸੇਖੋਂ ਸਾਹਿਬ ਖੁਦ ਪੁਲਿਸ ਅਫਸਰ ਰਹਿ ਚੁੱਕੇ ਆ, ਬੜੇ ਤੇਜ਼ ਤਰਾਰ ਨਾਲੇ ਜੀ। ਇਹ ਆ ਕਿ ਠੀਕ ਆ, ਕੇਸ ਬਣਦੇ ਆ, ਝੂਠੇ ਵੀ ਹੁੰਦੇ ਆ, ਸੱਚੇ ਵੀ ਹੁੰਦੇ ਆ, ਪਰ ਕਿਸੇ ਨੂੰ ਇਸ ਤਰ੍ਹਾਂ ਉਦੋਂ ਤੱਕ ਆਪਾਂ ਨਹੀਂ ਕਹਿ ਸਕਦੇ ਜਦੋਂ ਤੱਕ ਘੱਟੋ ਘੱਟ ਕੋਈ ਹੇਠਲੀ ਅਦਾਲਤ 'ਚੋਂ ਕੋਈ ਫੈਸਲਾ ਆ ਜਾਵੇ ਜੀ। ਜੀ, ਉਹ ਤਾਂ ਲੜਾਈ ਲੜ ਰਹੇ ਨੇ ਆਪਣੀ ਜੀ 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 ਜੀ। ਸੋਨੂੰ ਜੀ ਇਹ ਕਹਿੰਦੇ ਪਏ ਸੁਖਪਾਲ ਸਿੰਘ ਖਹਿਰਾ ਨੇ ਜੀ ਪੁਲ ਦਾ ਘੁਟਾਲਾ ਵੀ ਖੋਲ੍ਹ ਕੇ ਰੱਖ ਦਿੱਤਾ ਜੀ, ਕਹਿੰਦੇ ਕਿ ਉਹ ਕਈ ਦਿਨ ਪੁਰਾਣੀ ਆ ਬਾਈ। ਅਤੇ ਨਾਲ ਹੀ ਇਧਰਲੇ ਪਾਸੇ ਮਨਜੀਤ ਸਿੰਘ ਮੌੜਾ ਜੀ, ਇਹ ਕਹਿੰਦੇ ਕਿ ਸੇਖੋਂ ਸਾਹਿਬ ਦੇ ਚੋਣ ਲੜਨ ਦੀ ਚਰਚਾ ਬਹੁਤ ਘੱਟ ਹੋਈ ਹੈ ਜੀ ਮੀਡੀਆ ਦੇ ਵਿੱਚ ਜੀ, ਕਹਿੰਦੇ ਕਿ ਬਾਈ ਤਾਂ ਪਤਾ ਨਹੀਂ ਬਾਈ। ਸੰਗਰੂਰ ਦੇ ਵਿੱਚ ਚਿਹਰੇ ਹੀ ਫਿਰ ਐਡੇ ਵੱਡੇ ਸੀਗੇ ਕਿ ਜ਼ਿਆਦਾਤਰ ਜੇ ਤੁਸੀਂ ਦੇਖੋਗੇ
ਤਾਂ ਉਹਨਾਂ ਦੇ ਦੁਆਲੇ ਹੀ ਮੀਡੀਆ ਘੁੰਮਦਾ ਰਿਹਾ। ਬਲਵਿੰਦਰ ਸਿੰਘ ਸੇਖੋਂ ਵੈਸੇ ਵੀ ਮੀਡੀਆ ਇਹਨਾਂ ਤੋਂ ਬਚਦਾ ਥੋੜ੍ਹਾ, ਮੈਂ ਇੱਕ ਦੇਖਿਆ ਵੀ ਹੈ, ਉਹ ਸ਼ਾਇਦ ਡੇਲੀ ਪੋਸਟ ਵਾਲੇ ਸੀਗੇ, ਉਹਨਾਂ ਦੇ ਨਾਲ ਵੀ ਕਾਫੀ ਆਫ ਕੈਮਰਾ ਹੋਏ ਆ, ਉਹ ਤੋਂ ਬਾਅਦ ਉਹ ਕਿਸੇ ਨੇ ਵੀਡੀਓ ਸ਼ੂਟ ਕੀਤਾ, ਤਾਂ ਮਤਲਬ ਕਿ ਉਹ ਕਾਫੀ ਮੀਡੀਆ ਹਾਊਸ ਵੀ ਜਿਹੜੇ ਆ ਦੂਰ ਹੀ ਰਹਿੰਦੇ ਆ, ਜਾਂ ਕਹਿ ਲਓ ਕਿ ਪਿੱਛੋਂ ਹੁਕਮ ਹੁੰਦੇ ਆ ਕਈਆਂ ਦੇ ਕਿ ਬਈ ਇਹਨਾਂ ਨੂੰ ਜ਼ਿਆਦਾ ਕਵਰੇਜ ਨਹੀਂ ਦੇਣੀ, ਕਿਉਂਕਿ ਇਲੈਕਸ਼ਨ ਕੰਪੇਨ ਵੀ ਜਿਹੜੀ ਕਵਰੇਜ ਹਾਸਲ ਕਰਦੀ ਹੈ, ਜਿਹਨੂੰ ਜਿੰਨੀ ਕਵਰੇਜ ਮਿਲਦੀ ਹੈ ਨਾ, ਇਹ ਦਾਣਾ ਪਾਣੀ ਦੇ ਹਿਸਾਬ ਨਾਲ ਹੀ ਮਿਲਦੀ ਹੈ ਮੇਨ ਸਟ੍ਰੀਮ 'ਚ। ਤੁਹਾਨੂੰ ਕੀ ਲੱਗਦਾ ਕਿ ਇਹ ਜੋ ਟਰੈਕਟਰਾਂ 'ਤੇ ਚੜ੍ਹਾ ਚੜ੍ਹਾ ਕੇ, ਜਾਂ ਆਹ ਜਿਹੜੀਆਂ ਤੁਸੀਂ ਇਹ ਪਰਸੋਂ ਦੀਆਂ ਵੇਖਣ ਡੇ ਹੋ ਕੇਜਰੀਵਾਲ ਹੋਰਾਂ ਦੀਆਂ ਇੰਟਰਵਿਊਜ਼, ਇਹ ਕਿਤੇ ਐਵੇਂ ਹੋ ਜਾਂਦੀਆਂ ਨੇ? ਮਾਨ ਸਾਹਿਬ ਐਵੇਂ ਟਾਈਮ ਦੇ ਦਿੰਦੇ ਕਿਸੇ ਨੂੰ, ਹੱਦ ਹੋ ਗਿਆ ਇਹ ਸਭ ਕੁਛ। ਕਈ ਵਾਰ ਤਾਂ ਇਹ ਇੱਕੋ ਥਾਂ 'ਤੇ ਸਾਰੇ ਇਕੱਠੇ ਹੋ ਕੇ ਉੱਥੇ ਹੀ ਇੰਟਰਵਿਊ ਕੀਤੀਆਂ ਹੁੰਦੀਆਂ ਨੇ। ਬਹੁਤੀਆਂ ਗੱਲਾਂ ਨਾ ਖਲਾਓ, ਜਿਵੇਂ ਅੱਜ ਮੋਦੀ ਸਾਹਿਬ ਕਹਿ ਗਏ ਕਿ ਮੇਰਾ ਮੂੰਹ ਮਤ ਖਲਵਾਓ, ਸਾਤ ਪੀੜੀਓਂ ਕੇ ਪਾਪ ਖੋਲ ਦੂੰਗਾ ਮੈਂ। ਜੀ 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 ਜੀ, ਚਲੋ ਫਿਲਮ ਵਾਲਿਆਂ ਦੀ ਜਿਵੇਂ ਮਜਬੂਰੀ ਹੁੰਦੀ ਹੈ ਨਾ ਕਿ ਇੱਕ ਜਗ੍ਹਾ ਦੇ ਉੱਤੇ PC ਰੱਖ ਲੈਂਦੇ, ਉਵੇਂ ਜੇ ਕਰੇ ਵੀ ਇੱਦਾਂ ਹੀ ਕਰ ਲੈਂਦੇ ਹੈਗੇ ਕੰਮ ਕਾਜ ਜੀ। ਤਾਂ ਇੱਧਰਲੇ ਪਾਸੇ ਤੋਂ ਜਸ ਬਰਾੜ ਜੀ, ਇਹ ਕਹਿੰਦੇ ਸੀ ਮੇਰੇ ਹਿਸਾਬ ਨਾਲ ਤਾਂ ਜੀ ਵੋਟਾਂ ਵੇਲੇ ਇਹਨਾਂ ਦੀ ਕੁਸ਼ਤੀ ਕਰਾ ਦੇਣੀ ਚਾਹੀਦੀ ਹੈ ਜੀ ਸਾਰੇ ਉਮੀਦਵਾਰਾਂ ਦੀ, ਜੀ ਪਤਾ ਲੱਗ ਗਿਆ ਜੀ ਕੌਣ ਕਿੰਨੇ ਕੁ ਪਾਣੀ 'ਚ ਆ ਬਈ। ਅਤੇ ਚੌਧਰੀ ਸਾਹਿਬ ਕਹਿੰਦੇ ਪਏ ਜੀ ਕਿ ਦਲਵੀਰ ਗੋਲਡ ਹੀ ਵਾਪਸ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਰਿਹਾ ਜੀ, ਹੁਣ ਤਾਂ ਬਈ ਪਟਾਕੇ ਮੁੱਕ ਕੇ ਵੋਟਾਂ 'ਤੇ ਇੱਕ ਵਾਰੀ ਨਿਬੜੀਆਂ ਕੰਮ ਕਾਜ ਤਾਂ ਹੋ ਸਕਦਾ? ਗੋਲਡ ਹੀ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਹੈ, ਮੇਰਾ ਆਪਣਾ ਮੰਨਣਾ ਹੈ ਜੀ। ਕਿਉਂਕਿ ਤੁਸੀਂ ਦੇਖੋ ਕਿ ਸੁਨਾਮ ਦੇ ਵਿੱਚ ਸ਼ਾਇਦ ਇੱਕ ਇਕੱਠ ਸੀਗਾ, ਗੋਲਡ ਹੀ ਜਾਂਦਾ ਸਟੇਜ 'ਤੇ, ਇਹਦੀ ਚੇਅਰ ਲੱਗਦੀ ਹੈ, ਜਿਹੜਾ ਉੱਥੋਂ ਦਾ ਇੱਕ ਧੜਾ ਸੀ ਉਹ ਨਾਰਾਜ਼ ਹੋ ਗਿਆ ਇਸ ਗੱਲ ਤੋਂ, ਮਤਲਬ ਕਿ ਤੁਹਾਡੇ ਮੂੰਹ 'ਤੇ ਹੀ ਉਹ ਨਾਰਾਜ਼ਗੀ ਜਿਹੜੀ ਉਹ ਕਿਸੇ ਦੀ ਧੜੇ ਦੀ ਨਿਕਲ ਆ ਗਈ, ਇਹਦਾ ਮਤਲਬ ਕੋਈ ਅਗਲਾ ਤੁਹਾਨੂੰ ਨਹੀਂ ਚੱਲ ਰਿਹਾ। ਤੁਸੀਂ ਆਪਣੀ ਪਾਰਟੀ 'ਚ ਜਿਸ ਤਰ੍ਹਾਂ ਦਾ ਮਰਜ਼ੀ ਕੱਦ ਰੱਖਦੇ ਸੀ, ਤੁਹਾਡੀ ਵਕਤ ਸੀਗੀ, ਤੁਹਾਨੂੰ ਛੋਟਾ ਭਰਾ ਕਹਿ ਰਹੇ ਸੀਗੇ, ਖਹਿਰਾ ਸਾਹਿਬ ਬੱਚਿਆਂ ਵਰਗੇ ਕਹਿ ਰਹੇ ਸੀਗੇ, ਮਾਣ ਸਤਿਕਾਰ ਸੀਗਾ ਤੁਹਾਡੀ, ਟੌਹਰ ਸੀ ਪੂਰੀ, ਅਤੇ ਤੁਹਾਨੂੰ ਇੱਕ ਜ਼ੁਬਾਨ ਵਾਲਾ ਲੀਡਰ ਸਮਝਿਆ ਜਾਂਦਾ ਸੀਗਾ ਕਿ ਯਾਰ ਗੋਲਡੀ ਨੇ ਜਿਹੜੀ ਗੱਲ ਕਹਿਤੀ ਫਿਰ ਉਹ ਅੜਿਆ ਵੀ ਆ। ਅਤੇ ਉਤੋਂ ਬਾਅਦ ਤੁਸੀਂ ਦੇਖੋ, ਮੈਂ ਦੇਖ ਰਿਹਾ ਸੀਗਾ ਜਿੱਦਣ ਬੀਬੀ ਗੁਰਪ੍ਰੀਤ ਕੌਰ ਜੀ ਆਏ ਆ ਮਾਨ ਸਾਹਿਬ ਦੇ ਘਰੋਂ, ਇਹ ਜਿੱਦਣ ਆਇਆ ਧੂਰੀ ਦੇ ਵਿੱਚ, ਮੈਨੂੰ ਤਾਂ ਕਿਤੇ ਗੋਲਡੀ ਦਿਸਿਆ ਨਹੀਂ ਨੇੜੇ ਤੇੜੇ ਵੀ, ਸ਼ਾਇਦ ਮੇਰੀ ਅੱਖ ਨੇ ਕਿਤੇ ਧੋਖਾ ਖਾਧਾ ਹੋਵੇ। ਹੋਰ ਵੀ ਪ੍ਰੋਗਰਾਮ ਹੋਏ ਨੇ, ਇਹ ਤਾਂ ਨਿਧਾਰਤ ਨਜ਼ਰ ਆ ਰਹੇ ਨੇ, ਮੈਂ ਨਹੀਂ ਦੇਖਿਆ ਇਹਨਾਂ ਨੂੰ ਸਰਗਰਮ, ਹੋ ਸਕਦਾ ਕਿਤੇ ਪਿੱਛੇ ਪੁੱਛੇ ਬੈਠੇ ਹੋਣ। ਹਾਂ ਕਿਤੇ ਦੇਖੇ ਨਹੀਂ, ਪਰ ਇੱਕ ਗੱਲ ਮੈਂ ਜ਼ਰੂਰ ਦੇਖੀ ਕਿ ਡਾਕਟਰ ਸਾਹਿਬਾਂ ਦੇ ਪ੍ਰੋਗਰਾਮ ਹੋਣ, ਉੱਥੇ ਫੁੱਫੜ ਜ਼ਰੂਰ ਹੁੰਦਾ, ਬਸ ਇਹ ਜ਼ਰੂਰ ਦੇਖੀ ਹੈ ਗੱਲ ਕਿ ਫੁੱਫੜ। ਅੱਛਾ, ਉਹ ਤੁਹਾਡੇ ਉਧਰਲੇ ਪਾਸੇ ਤੋਂ ਗੱਲ ਕਰ ਰਿਹਾ ਮੈਂ, ਨਾਨਕੇ ਵਾਲੇ ਪਾਸੇ ਤੋਂ ਜਿਹੜੇ MLA ਸਾਹਿਬ ਨੇਗੇ, ਉਹ ਕਹਿੰਦੇ ਰਹਿੰਦੇ ਨੇ ਕਿ ਸੋਸ਼ਲ ਮੀਡੀਆ 'ਤੇ ਕਿ ਫੁੱਫੜ ਪਠਾਨ ਮਾਜਰਾ, ਪਠਾਨ ਮਾਜਰਾ ਜੀ, ਹਾਂ ਹਾਂਜੀ ਹਾਂਜੀ, ਉਹ ਜ਼ਰੂਰ ਦੇਖਦੇ ਰਹਿੰਦੇ ਜਿੱਥੇ, ਉਹਦੇ ਤਾਂ ਸਹੁਰੇ ਨੇ ਨਾ ਉੱਥੇ, ਹਰਮੀਤ ਦੇ ਸਹੁਰੇ ਨੇ ਇਹਨਾਂ ਦੇ, ਡਾਕਟਰ ਸਾਹਿਬਾ ਜਿੱਥੇ ਵੀ ਕਿਤੇ ਜਾਂਦੇ ਉਹ ਜ਼ਰੂਰ ਹੁੰਦੇ ਆ ਪ੍ਰਗਟ, ਪਟਿਆਲਾ 'ਚ ਦੇਖ ਲਓ ਤੁਸੀਂ, ਕਿਤੇ ਹੋਰ ਦੇਖ ਲਓ, ਉਹ ਤਾਂ ਹਰਮੀਤ ਨੂੰ ਤਾਂ ਮਾਰ ਗਈਆਂ ਕੁਛ ਕਹਿ ਲਓ ਕਿ ਆਪਣੀਆਂ ਗੱਲਾਂ, ਉਹ ਤਾਂ ਵਜ਼ੀਰ ਬਣ ਜਾਣਾ ਸੀ ਫੁੱਫੜ ਦੇ, ਸ਼ਾਇਦ ਵਜ਼ੀਰ ਬਣ ਜਾਂਦਾ ਜੀ। ਚਲੋ ਤੁਸੀਂ ਯਾਦ ਕਰਾ ਦਿੱਤਾ, ਵਾਕਿਆ ਬਈ ਉਹ ਸਾਡੇ ਨਾਨਕੇ ਪਿੰਡ ਦਾ ਹੀ ਆ ਜੀ ਬੰਦਾ, ਛੋਟੇ ਹੁੰਦੇ ਅਸੀਂ ਇਹਨਾਂ ਦੇ ਘਰ ਦੇ ਪਿੱਛੇ ਖੁੱਲ੍ਹਾ ਮੈਦਾਨ ਹੁੰਦਾ ਸੀ, ਕ੍ਰਿਕਟ ਖੇਡਦੇ ਹੁੰਦੇ ਸੀ ਅਸੀਂ ਜੀ ਜੀ, ਇਹ ਸਾਡੇ ਤੋਂ ਥੋੜ੍ਹੇ ਵੱਡੇ ਹੁੰਦੇ ਸੀ ਜੀ ਜੀ। ਇਹਦੇ ਪਾਸੇ ਰਣਜੀਤ ਤੂਰ ਜੀ ਇਹ ਕਮੈਂਟ ਕਰਦੇ ਪਏ ਜੀ, ਕਹਿੰਦੇ ਕਿ ਕੱਲ੍ਹ ਸਾਡੇ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਸੀ, ਕਮਾਲ ਹੋ ਗਈ ਜੀ, ਕਹਿੰਦੇ ਕਿ ਵੀ ਸਿਰਫ ਝੰਡੀਆਂ ਤੋਂ ਪਤਾ ਲੱਗਦਾ ਸੀ ਕਿ ਕਿਹੜੀ ਪਾਰਟੀ ਦੇ ਆ, ਇੱਕ ਪਾਸੇ ਜੋਸ਼ੀ ਸਾਹਿਬ ਤਾਂ ਜਾ ਰਿਹਾ ਸੀਗਾ,
ਅੱਛਾ ਨਾਲ ਹੀ ਜਾਂਦੇ ਸੰਧੂ ਸਾਹਿਬ ਹਾਂਜੀ ਨਾਲ ਹੀ ਕਹਿੰਦੇ ਆਮੋ ਸਾਹਮਣੇ ਹੋ ਗਏ ਉੱਥੇ ਕਿਤੇ ਲੰਘਦੇ ਚੜਦੇ ਉਹ ਤਾਂ ਕਹਿੰਦੇ ਬੜਾ ਡੀਸੈਂਟਲੀ ਚੱਲੇ ਇਧਰੋਂ ਵੀਰ ਦੇ ਕਮੈਂਟ ਦੇ ਹਿਸਾਬ ਨਾਲ ਕਹਿੰਦੇ ਕਿ ਸਿਰਫ ਝੰਡੇ ਤੋਂ ਪਤਾ ਲੱਗਦਾ ਸੀ ਵੀ ਅਕਾਲੀ ਦਲ ਨਹੀਂ ਨਹੀਂ ਉਧਰੋਂ ਗੱਡੀ ਸੰਧੂ ਸਾਹਿਬ ਦੀ ਗੁਜ਼ਰਨ ਲੱਗੀ ਤੇ ਉਧਰੋਂ ਹੀ ਮਜੀਠੀਆ ਸਾਲ ਆਪਣੋ ਯੈ ਸਨ ਜੋਸ਼ੀ ਸੀ ਤੇ ਇਹ ਵੇਖ ਕੇ ਕਹਿੰਦੇ ਅਕਾਲੀ ਕਹਿੰਦੇ ਕੀ ਹੈ ਕੋਈ ਵੀ ਨਹੀਂ ਰੌਣ ਕੇ ਇੱਧਰ ਆ ਜਾਓ ਕਹਿੰਦੇ ਸਾਡੀ ਗੱਡੀ 'ਚ ਆ ਜਾਓ ਅੱਛਾ ਜੀ ਕਹਿੰਦੇ ਇੱਧਰ ਆ ਜਾਓ ਅਕਾਲੀ ਦਲ 'ਚ ਆ ਜਾਓ ਸੰਧੂ ਸਾਹਿਬ ਹਲਕਾ ਫੁਲਕਾ ਉੱਥੇ ਮਜ਼ਾਕ ਵੀ ਹੋਇਆ ਯਾਨੀ ਇਹ ਜਾ ਰਹੇ ਸਨ ਸੰਧੂ ਸਾਹਿਬ ਆਪਣਾ ਕਾਫਲਾ ਲੈ ਕੇ ਉਹ ਇੱਧਰ ਨੂੰ ਆ ਰਹੇ ਸਨ ਅਤੇ ਆਮੋ ਸਾਹਮਣਾ ਹੋਇਆ ਅਤੇ ਦੱਸਦੇ ਬਾਬਾ ਇਹਨਾਂ ਨੇ ਟਿਚਰਾਂ ਕੀਤੀਆਂ ਇੱਕ ਦੂਜੇ ਉਹ ਮਜੀਠੀਆ ਸਾਹਿਬ ਨਾਲ ਮਜੀਠੀਆ ਸਾਹਿਬ ਕਰ ਲੈਂਦੇ ਇਸ ਤਰ੍ਹਾਂ ਦੇ ਸਿੱਧੂ ਸਾਹਿਬ ਨਾਲ ਵੀ ਕੀਤੀ ਸੀ ਹਾਂਜੀ ਉਹ ਜੱਫੀ ਕੀ ਕਿਹਾ ਉਦੋਂ ਨਹੀਂ ਕਿਹਾ ਉਹ ਨਹੀਂ ਸਮਝ ਲੱਗਿਆ ਕਿਸੇ ਨੂੰ ਤੁਸੀਂ ਵਰਕਰਾਂ ਨੂੰ ਵੀ ਕਹੋ ਯਾਰ ਤੁਸੀਂ ਵਰਕਰਾਂ ਨੂੰ ਬਹੁਤ ਰੈਡੀਕਲ ਕਰ ਦਿੰਦੇ ਹੋ ਜੀ ਮਤਲਬ ਅਕਾਲੀਆਂ ਨੂੰ ਭੰਡ ਕੇ ਕਾਂਗਰਸੀਆਂ ਨੂੰ ਭੰਡ ਕੇ ਝਾੜੂ ਵਾਲਿਆਂ ਨੂੰ ਭੰਡ ਕੇ ਉਹਨਾਂ ਦੇ ਮਨ 'ਚੋਂ ਨਫ਼ਰਤ ਬੈਠ ਜਾਂਦੀ ਆ ਕਿ ਸਾਡਾ ਲੀਡਰ ਜਦਕਿ ਤੁਸੀਂ ਬਹੁਤ ਸ਼ਾਲੀਨਤਾ ਦੇ ਨਾਲ ਸ਼ਾਇਸਤਗੀ ਦੇ ਨਾਲ ਜਦੋਂ ਕਿਤੇ ਮਹਿਫਲ 'ਚ ਇਕੱਠੇ ਹੁੰਦੇ ਹੋ ਤਾਂ ਜੱਫੀਆਂ ਪਾਉਂਦੇ ਹੋ ਸਮਾਜਿਕ ਜੋ ਤੁਹਾਡਾ ਵਰਤਾਓ ਹੈ ਉਹ ਬਿਲਕੁਲ ਇੱਕ ਸਮਾਜਿਕ ਪ੍ਰਾਣੀ ਦੀ ਤਰ੍ਹਾਂ ਹੁੰਦਾ ਤੁਸੀਂ ਸੁੱਖ ਦੁੱਖ 'ਚ ਇਕੱਠੇ ਹੁੰਦੇ ਹੋ ਅਤੇ ਇਹ ਗੱਲ ਤੁਸੀਂ ਰੈਲੀਆਂ 'ਚੋਂ ਕਿਉਂ ਨਹੀਂ ਕਹਿੰਦੇ ਉਹ ਇਸ ਕਰਕੇ ਕਿ ਜੋ ਇਹ ਰੈਡੀਕਲਾਈਜੇਸ਼ਨ ਹੈ ਇੱਕ ਦੂਜੇ ਪ੍ਰਤੀ ਕੱਟੜਤਾ ਹੈ ਜਿਹੜੀ ਜਾਂ ਇੱਕ ਦੂਜੇ ਪ੍ਰਤੀ ਇਹ ਨਫ਼ਰਤ ਹੈ ਰਹਿਣੀ ਚਾਹੀਦੀ ਹੈ ਰਹਿਣੀ ਚਾਹੀਦੀ ਹੈ ਤਾਂ ਕਿ ਸਾਡਾ ਵੋਟ ਬੈਂਕ ਸਾਡੇ ਨਾਲ ਜੁੜਿਆ ਰਹੇ ਜੀ 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 ਅਰਮਾਨ ਜੀ ਉੱਪਰਲੇ ਪਾਸੇ ਕਮੈਂਟ ਕਰਦੇ ਪਏ ਕਹਿੰਦੇ ਕਿ ਡੇਰਾ ਮੁਖੀ ਬਰੀ ਹੋ ਗਿਆ ਜੀ ਉਹਦੇ ਬਾਰੇ ਤੱਥਾਂ ਸਹਿਤ ਗੱਲ ਕਰੋ ਆਪਾਂ ਗੱਲ ਕੀਤੀ ਸੀ ਸਰ ਅਸੀਂ ਸ਼ੁੱਕਰਵਾਰ ਹੀ ਦੱਸਤਾ ਸੀਗਾ ਕਿ ਵੱਡਾ ਆਏਗਾ ਸਮਾਚਾਰ ਇਹਦੇ 'ਚ ਅਤੇ ਅਗਲੇ ਹਫ਼ਤੇ ਜਿਵੇਂ ਇਸ ਹਫ਼ਤੇ ਆਇਆ ਤਾਂ ਨਾਲ ਦੀ ਨਾਲ ਥੋੜ੍ਹਾ ਥੋੜ੍ਹਾ ਤੁਸੀਂ ਵੀ ਸਹਿਯੋਗ ਕਰਿਆ ਕਰੋ ਸਾਡੇ ਨਾਲ ਡੇਲੀ ਜੁੜਿਆ ਕਰੋ ਜੀ ਐਵੇਂ ਪੰਜਵੇਂ ਸੱਤਵੇਂ ਦਿਨ ਆ ਕੇ ਨਾ ਉਹ ਦੇਖਿਆ ਕਰੋ ਉਹਨਾਂ ਚੀਜ਼ਾਂ ਨੂੰ ਅਸੀਂ ਤਕਰੀਬਨ ਜਿਹੜੀਆਂ 24 ਘੰਟੇ ਦੀਆਂ ਖਬਰਾਂ ਹੁੰਦੀਆਂ ਨੇ ਜੋ ਵੀ ਹੁੰਦੀਆਂ ਨੇ ਹੂੰਝ ਕੇ ਅਤੇ ਅਸੀਂ ਇਕੱਠੀਆਂ ਕਰਕੇ ਪੇਸ਼ ਕਰ ਜਾਂਦੇ ਹਾਂ ਜੀ 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 ਤਾਂ ਇੱਧਰਲੇ ਪਾਸੇ ਰਣਜੀਤ ਜੀ ਕਹਿੰਦੇ ਇੱਕ ਪਾਸੇ ਜਨਤਾ ਸੀ ਦੂਜੇ ਪਾਸੇ ਜਨਤਾ ਦੇ ਬਰਾਬਰ ਪੁਲਿਸ ਸੀ ਜੀ ਉੱਥੇ ਕਹਿੰਦੇ ਕਿ ਬਾਈ ਪੁਲਿਸ ਤਾਂ ਫਿਰ ਲੱਗਣੀ ਹੈ ਨਾ ਸਿਕਿਉਰਿਟੀ ਦੇ ਮਾਨ ਸਾਹਿਬ ਦੀ ਪੁਲਿਸ ਤਾਂ ਹੈ ਵੀ ਹੋ ਰਹੀ ਮਤਲਬ ਕਿ ਉਹਨਾਂ ਦੀ ਤਾਂ ਪੱਗ ਵੀ ਲਾਲ ਉਹ ਉੱਦਾਂ ਹੀ ਦਿਸਦੀ ਆ ਉਹ ਤਾਂ ਮੈਨੂੰ ਲੱਗਦਾ ਕਿ ਜੇ ਉੱਤੋਂ ਕਹਿ ਲਓ ਕਿ ਪੁਲਾੜ ਦੇ ਵਿੱਚੋਂ ਵੀ ਤਸਵੀਰਾਂ ਲਈਆਂ ਜਾਣ ਤਾਂ ਇਹਨਾਂ ਦੇ ਰੋਡ ਸ਼ੋਅ 'ਚ ਪਤਾ ਲੱਗ ਜਾਣਾ ਕਿ ਸਿਕਿਉਰਿਟੀ ਵਾਲੇ ਕਿੰਨੇ ਹੈਗੇ ਆ ਨਾਸਾ ਵਾਲੇ ਜੇ ਕਿਤੇ ਲੈਣ ਤਸਵੀਰ ਜਾਂ ਗੂਗਲ ਵਾਲੇ ਅਪਡੇਟ ਕਰਦੇ ਕਰਨਾ ਮੌਕੇ 'ਤੇ ਵੀ ਦੇਖ ਲਓ ਯਾਰ ਤੁਸੀਂ ਗੂਗਲ ਅਰਥ 'ਤੇ ਦੇਖ ਲਓ ਸਿੱਧਾ ਵਾਕਿਆ ਇਹਨਾਂ ਦੇ ਨਾਲ ਤਾਂ ਪੁਲਿਸ ਬਹੁਤ ਆ ਜੀ ਅਤੇ ਮੈਂ ਇੱਕ ਦਿਨ ਉਹ ਦੇਖ ਰਿਹਾ ਸੀ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਸਪੁੱਤਰ ਅਨੰਤ ਵੀਰ ਉਹ ਜੀਪ ਦਵੱਲੀ ਫਿਰਦਾ ਸੀ ਖੁੱਲ੍ਹੇ ਰੂਪ 'ਚ ਮੈਂ ਕਿਹਾ ਵੀ ਟਾਈਮ ਆਉਣਾ ਸੀ ਅਤੇ ਕਿੱਥੇ ਤੁਹਾਨੂੰ ਯਾਦ ਹੈ ਛੋਟਾ ਜਿਹਾ ਆਉਂਦਾ ਹੁੰਦਾ ਸੀਗਾ ਜਦੋਂ ਸੰਗਤ ਦਰਸ਼ਨ 'ਚ ਅਤੇ ਬਾਦਲ ਸਾਹਿਬ ਨਾਲ ਛੱਡ ਕੇ ਇਹਦਾ ਫਿਕਰ ਜ਼ਿਆਦਾ ਸਿਕਿਉਰਿਟੀ ਵਾਲਿਆਂ ਨੂੰ ਲੱਗਾ ਹੁੰਦਾ ਸੀ ਅਨੰਤ ਵੀਰ ਦਾ ਸਭ ਤੋਂ ਜ਼ਿਆਦਾ ਇਹਨਾਂ ਦਾ ਓਪਨਿੰਗ ਇਹਨਾਂ ਨੇ ਗਿੱਦੜਵਾ ਦੇ ਵਿੱਚ ਜਦੋਂ ਅਕਾਲੀ ਦਲ ਦੇ ਲੰਬੀ 'ਚ ਵੀ ਆਉਂਦੇ ਰਹੇ ਲੰਬੀ 'ਚ ਵੀ ਆਉਂਦੇ ਰਹੇ ਲੰਬੀ 'ਚ ਵੀ ਆਉਂਦੇ ਮੂਡ 'ਚ ਆਏ ਹਾਂਜੀ ਹਾਂਜੀ ਲੰਬੀ 'ਚ ਵੀ ਆਉਂਦੇ ਰਹੇ ਉਦੋਂ ਮਤਲਬ ਕਿ ਦਾੜੀ ਦੂੜੀ ਹਾਲੇ ਨਹੀਂ ਸੀ ਆਈ ਜੀ ਜੀ ਉਦੋਂ ਮਾਈਨਰ ਸੀ ਮੇਰੇ ਇਹਦੇ ਬਾਰੇ ਅਫਵਾਹਾਂ ਵੀ ਬਹੁਤ ਫੈਲੀਆਂ ਇੱਦਾਂ ਉੱਦਾਂ ਤਾਂ ਮਤਲਬ ਕਿ ਅਸੀਂ ਕਹਿਣਾ ਯਾਰ ਨਹੀਂ ਉਹ ਸਾਨੂੰ ਵੀ ਪੁੱਛਣਾ ਕਿ ਸੁਖਵੀਰ ਸਿੰਘ ਦੇ ਲੜਕੇ ਬਾਰੇ ਕੁਛ ਗੱਲਾਂ ਇੱਦਾਂ ਉੱਦਾਂ ਦੀਆਂ ਹੁੰਦੀਆਂ ਸੀਗੀਆਂ ਤਾਂ ਕਹਿਣਾ ਨਹੀਂ ਨਹੀਂ ਉਹ ਤਾਂ ਬਾਈ ਉਹਨਾਂ ਤਾਂ ਆਪਦੀ ਬੈਟਨ ਸੌਂਪ ਦਿੱਤੀ ਆ ਉਹਨਾਂ ਨੂੰ ਜੀ ਤਾਂ ਮਤਲਬ ਕਿ ਉਹ ਇਹੀ ਹੁੰਦਾ ਕਿ ਜਿਹੜਾ ਸੱਤਾਧਾਰੀ ਆ ਉਹ ਕੁਛ ਤਾਂ ਉਹਨੂੰ ਜ਼ਰੂਰਤ ਵੀ ਹੁੰਦੀ ਸਿਕਿਉਰਿਟੀ ਦੀ ਕੁਛ ਉਹ ਸਿੱਕਾ ਆਪਦਾ ਜ਼ਿਆਦਾ ਹੀ ਜਮਾਉਂਦਾ ਜੀ ਇਹ